अस्सलाम वालेकुम तमाम दोस्तों, उम्मीद करता हूँ आप सब ठीक होंगे और खैरियत से होंगे। जनाब अज साडा मूड बनया फिशिंग दा, ते फिशिंग करनी है चाल दी। तुसीं देख सकते हो कि दानिश भाई और बन बन रहे हैं, ते अज बन बन के जाएंगे। तकरीबन मगरब दा टाइम हो चुका, सूरज बिल्कुल तलू हो चुका, ते सुबह आके इंशाल्लाह इत्थों चाल फड़ांगे ਅਤੇ ਤਮਾਮ ਦੋਸਤਾਂ ਨੂੰ ਦਿਖਾਵਾਂਗੇ ਕਿ ਕਿੰਜ ਦਾ ਸਾਡਾ ਸ਼ਿਕਾਰ ਹੋਇਆ। ਕਿਉਂਕਿ ਅਸੀਂ ਕੁੰਡੀਆਂ ਦਾ ਸ਼ਿਕਾਰ ਕਰ ਕਰਕੇ ਹੁਣ ਥੱਕ ਚੁੱਕੇ ਸੀ, ਤਾਂ ਸੋਚਿਆ ਕਿ ਸਰਦੀਆਂ ਆ ਗਈਆਂ ਅਤੇ ਹੁਣ ਅਸੀਂ ਸ਼ਿਕਾਰ ਕਰਨੇ ਹਾਂ ਇਹਦਾ, ਚਾਲ ਮੱਛੀ ਦਾ। ਅਤੇ ਦਾਨਿਸ਼ ਭਾਈ ਹੋਰਾਂ ਕੋਲ ਵੀ ਰਾਏ ਲੈਂਦੇ ਹਾਂ ਜੀ। ਦਾਨਿਸ਼ ਭਾਈ ਸਾਹਿਬ, ਬੜੀਆਂ ਮੱਛੀਆਂ ਫੜੀਆਂ, ਬੜੀਆਂ ਖਾਧੀਆਂ, ਵੱਡੀਆਂ ਨਿੱਕੀਆਂ, ਜੋ ਮਜ਼ਾ ਚਾਲ ਮੱਛੀ ਦਾ ਉਹ ਕਿਸੇ ਦਾ ਨਹੀਂ ਹੈ। ਬਿਲਕੁਲ ਜੀ, ਜੋ ਮਜ਼ਾ ਚਾਲ ਮੱਛੀ ਦਾ ਉਹ ਕਿਸੇ ਦਾ ਨਹੀਂ ਹੈ। ਆਉਂਦਾ ਇੰਡੀਆ ਤੋਂ ਪਾਣੀ ਆਉਂਦਾ ਸਾਡੇ, ਅਤੇ ਸਾਡੇ ਪਿੰਡ ਦੇ ਬਿਲਕੁਲ ਥੱਲੋਂ ਦੀ ਗੁਜ਼ਰ ਕੇ ਸ਼ਕਰਗੜ੍ਹ ਵਾਲੀ ਸਾਈਡ 'ਤੇ ਜਾਂਦਾ, ਅਤੇ ਤੁਸੀਂ ਦੇਖ ਸਕਦੇ ਹੋ ਕਿ ਵਸੀ ਪੈਮਾਨੇ 'ਤੇ ਪਾਣੀ ਆ ਰਿਹਾ, ਅਤੇ ਇੱਥੇ ਇਸ ਵੇਲੇ ਬਹੁਤ ਜ਼ਿਆਦਾ ਚਾਲ ਦਾ ਸ਼ਿਕਾਰ ਹੋ ਰਿਹਾ। ਖਾਸ ਕਰ ਸੁਬਹਾ ਦੇ ਟਾਈਮ ਹੈ, ਜਿਹੜੇ ਪਿਛਲੇ ਪਿੰਡ ਆ ਸਾਡੇ ਤੋਂ ਬਹੁਤ ਜ਼ਿਆਦਾ ਸ਼ਿਕਾਰ ਕਰਦੇ ਚਾਲ ਦਾ ਨਾ, ਅਤੇ ਅਸੀਂ ਵੀ ਸੋਚਿਆ ਕਿ ਚਲੋ ਯਾਰ ਅਸੀਂ ਵੀ ਚਾਲ ਦਾ ਸ਼ਿਕਾਰ ਕਰਨੇ ਹਾਂ, ਅਤੇ ਤਮਾਮ ਭਰਾਵਾਂ ਨੂੰ ਦਿਖਾਉਂਦੇ ਹਾਂ ਕਿ ਕਿੰਜ ਚਾਲ ਦਾ ਸ਼ਿਕਾਰ ਕਰੀਦਾ ਅਤੇ ਕਿੰਜ ਦਾ ਬੰਨ ਬੰਨ ਹੈ। ਇਹ ਅਸੀਂ ਬੰਨ ਬੰਨ ਰਹੇ ਹਾਂ ਜਨਾਬ, ਅਤੇ ਬੰਨ ਸਾਡਾ ਤਕਰੀਬਨ ਐਂਡ 'ਤੇ ਪਹੁੰਚਣੇ ਵਾਲਾ, ਅਤੇ ਸੁਬਹਾ ਇਨਸ਼ਾਅੱਲਾ ਫਜਰ ਦੇ ਟਾਈਮ ਆਵਾਂਗੇ ਅਤੇ ਮੱਛੀਆਂ ਫੜ ਕੇ ਅਤੇ ਤਮਾਮ ਦੋਸਤਾਂ ਨੂੰ ਦਿਖਾਵਾਂਗੇ। ਉਮੀਦ ਤਾਂ ਸਾਨੂੰ ਬੜੀ ਹੈ ਕਿ ਇਨਸ਼ਾਅੱਲਾ ਅੱਛਾ ਸ਼ਿਕਾਰ ਹੋਏਗਾ, ਬਾਕੀ ਅੱਗੇ ਜੋ ਰੱਬ ਬਿਹਤਰ ਰਿਜ਼ਕ ਦੇਣੇ ਵਾਲਾ। ਅਤੇ ਜਨਾਬ ਤੁਸੀਂ ਦੇਖ ਸਕਦੇ ਹੋ ਕਿ ਬੰਨ ਸਾਡਾ ਮੁਕੰਮਲ ਹੋਣ 'ਤੇ ਆ ਚੁੱਕਿਆ, ਉਸ ਸਾਈਡ ਤੋਂ ਬੰਨ ਮਾਰਦੇ ਆਏ ਦੁਬਾਰਾ, ਇਹਦੇ 'ਤੇ ਮਿੱਠੀ ਚਾੜ ਨਹੀਂ ਆਏ, ਤਾਂ ਅਸੀਂ ਨਿਸ਼ਾਨਦੇਹੀ ਕੀਤੀ ਹੈ। ਅਤੇ ਦਾਨਿਸ਼ ਭਾਈ ਅੱਜ ਬੜੀ ਮਿਹਨਤ ਕਰ ਰਹੇ ਹਾਂ, ਅਤੇ ਪੂਰੇ ਅਜ਼ਮ ਨਾਲ ਆ ਕੇ ਯਾਰ ਸੁਬਹਾ ਕੋਈ ਦੋ ਬਾਲਟੀਆਂ ਇੱਥੋਂ ਕੱਢ ਕੇ ਖੜਨੀ ਖੜਨੀ ਹੈ ਚਾਲ ਨਾ। ਅਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਅਤੇ ਲਿਆਵਾਂਗੇ ਜਾਲੀ, ਇਸ ਜਗ੍ਹਾ 'ਤੇ ਲਾਉਣੀ ਹੈ ਜਾਲੀ, ਇਹ ਮੂੰਹ ਰੱਖਿਆ ਇਹਦਾ, ਅਤੇ ਇੱਥੇ ਲਾਵਾਂਗੇ ਜਾਲੀ, ਅਤੇ ਫਿਰ ਸੁਬਹਾ ਆ ਕੇ ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਕੁ ਮੱਛੀ ਆਈ ਹੈ ਇੱਥੇ। ਕਿਉਂ ਦਾਨਿਸ਼ ਭਾਈ ਇੰਝ ਗੱਲ ਆ ਨਾ? ਹਾਂਜੀ ਹਾਂਜੀ, ਜੇ ਤਾਂ ਮੱਛੀ ਆ ਗਈ ਜ਼ਿਆਦਾ, ਫਿਰ ਤਾਂ ਸੋਚ ਲਓ ਦਿਹਾੜੀ ਲੱਗ ਗਈ। ਬਿਲਕੁਲ, ਜੇ ਆਈ ਥੋੜ੍ਹੀ ਤਾਂ ਚਲੋ ਆਪਣੇ ਜੋਗੀ 'ਤੇ ਆਏਗੀ। ਬਿਲਕੁਲ ਜੀ, ਇਨਸ਼ਾਅੱਲਾ ਅੱਲਾ ਪਾਕ ਰਿਜ਼ਕ ਦੇਣੇ ਵਾਲਾ, ਉਮੀਦ ਤਾਂ ਬੜੀ ਆ ਰੱਬ ਅੱਛਾ ਰਿਜ਼ਕ ਦੇਗਾ। ਅਤੇ ਕਦੀ ਇਹ ਤਰੀਕਾ ਅਜ਼ਮਾਇਆ ਤਾਂ ਨਹੀਂ, ਲੇਕਿਨ ਫਸਟ ਟਾਈਮ ਹੈ ਇਹ ਵੁੰਡ ਪੰਗਾ ਕਰਨੇ ਵਾਲਾ। ਇਹ ਦੇਖੋ ਜੀ, ਦੁਨੀਆ ਤਰੱਕੀ ਕਰ ਰਹੀ ਹੈ, ਬਾਲਣ ਜਾ ਰਿਹਾ ਧੜੋ ਧੜ। ਇਹ ਪਾਰੋਂ ਆਇਆ ਜਨਾਬ, ਇਹ ਜੰਗਲ ਹੈ ਛਾਪਰ ਦਾ, ਅਤੇ ਇਹਦੇ ਵਿੱਚ ਆਵਾਮ ਲੈ ਕੇ ਜਾ ਰਹੀ ਹੈ ਬਾਲਣ। ਲਓ ਜੀ, ਕਾਫੀ ਇੱਕ ਘੰਟੇ ਮਿਹਨਤ ਤੋਂ ਬਾਅਦ ਸਾਡਾ ਬੰਨ ਹੋ ਚੱਲਿਆ ਤਿਆਰ, ਅਤੇ ਹੁਣ ਇਨਸ਼ਾਅੱਲਾ ਆਵਾਂਗੇ ਤਕਰੀਬਨ 9 ਤੋਂ 10 ਵਜੇ, ਪੱਟੀ ਲਾਵਾਂਗੇ ਆ ਕੇ, ਅਤੇ ਫਿਰ ਸੁਬਹਾ ਸਹੀ ਤੁਹਾਨੂੰ ਦਿਖਾਵਾਂਗੇ ਕਿੰਨੀ ਕੁ ਫਿਸ਼ਿੰਗ ਹੁੰਦੀ ਇੱਥੋਂ। ਉਮੀਦ ਤੋਂ ਬੜੀ ਹੈ ਕਿ 2-4 ਕਿਲੋ ਲੱਭਣੀ ਲੱਭਣੀ ਇੱਥੋਂ ਚਾਲ, ਅਤੇ ਉਹ ਸਾਡੇ ਪਰਲੀ ਸਾਈਡ 'ਤੇ ਵੀ ਬੰਨ ਲਾਇਆ ਤਾ ਕਿਸੇ ਦੋਸਤ ਨੇ, ਅਤੇ ਅਸੀਂ ਇੱਥੇ ਆ ਕੇ ਬੰਨ ਲਾ ਦਿੱਤਾ, ਅਤੇ ਕਾਫੀ ਮਿਹਨਤ ਹੋਈ ਹੈ ਸਾਡੀ ਆ ਕੇ ਅੱਜ। ਲਓ ਹਾਂ ਜੀ, ਸੁਬਹਾ 5 ਵਜੇ ਦਾ ਟਾਈਮ ਹੈ, ਅਤੇ ਬੰਨ ਅਸੀਂ ਮਾਰਿਆ ਦਾ ਸੀ ਕੱਲ੍ਹ ਦਾ, ਅਤੇ ਮੱਛੀ ਰੁਕੀ ਆ, ਅਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਅਤੇ ਝੱਟ ਰਹੇ ਹਾਂ, ਅਤੇ ਦੇਖੋ ਕੀ ਰਿਜ਼ਲਟ ਨਿਕਲਦਾ।
ਚਾਰ ਬੰਦੇ ਆ ਕੇ ਮਿਹਨਤ ਕਰ ਰਹੇ ਆ ਅਤੇ ਉਮੀਦ ਹੈ ਕਿ ਇਨਸ਼ਾਅੱਲਾ ਅੱਛਾ ਰਿਜ਼ਲਟ ਨਿਕਲੇਗਾ। ਜਨਾਬ ਬਹੁਤ ਹੀ ਅੱਛਾ ਸ਼ਿਕਾਰ ਹੋ ਰਿਹਾ ਅਤੇ ਇਹ ਤੁਹਾਨੂੰ ਦਿਖਾਉਂਦੇ ਹਾਂ। ਇਹ ਅੱਜ ਦੀਆਂ ਅਸੀਂ ਫੜੀਆਂ ਤਕਰੀਬਨ 1 ਕਿਲੋ ਹੈ ਅਤੇ ਅੱਜ ਅਸੀਂ ਥੋੜ੍ਹੀ ਜਿਹੀ ਜਗ੍ਹਾ ਇਹਦੀ ਮਸਾਂ ਕਿ ਕਵਰ ਕਰਕੇ ਅਤੇ ਕੱਢੀ ਆ ਅਤੇ ਇਨਸ਼ਾਅੱਲਾ 2-3 ਕਿਲੋ ਸ਼ਿਕਾਰ ਹੋਏਗਾ। ਇਹ ਸਾਰੀ ਚਾਲ ਆ, ਚਾਲ ਦੇ ਕਰਕੇ ਅਸੀਂ ਇੱਥੇ ਆਏ ਦੇ ਹਾਂ ਅਤੇ ਉਮੀਦ ਆ ਕਿ ਅੱਛਾ ਸ਼ਿਕਾਰ ਹੋਏਗਾ। ਦਾਨਿਸ਼ ਭਾਈ ਹੋਰੀ ਮਿਹਨਤ ਕਰ ਰਹੇ ਆ ਅਤੇ ਇਨਸ਼ਾਅੱਲਾ ਮਿਹਨਤ ਦਾ ਫਲ ਮਿਲੇਗਾ। ਲਓ ਜੀ, ਇੱਕ ਸਾਈਡ ਤੋਂ ਝੱਟ ਲਈਆ ਅਤੇ ਹੁਣ ਨਵਾਂ ਹੀ ਆਈਡੀਆ ਲਾਉਣ ਲੱਗਿਆ ਨਾਲੀ ਵਾਲਾ। ਦਾਨਿਸ਼ ਭਾਈ ਹੋਰੀ ਕਹਿ ਰਹੇ ਕਿ ਨਾਲੀ ਬਣਾ ਕੇ ਇਹਦੇ ਵਿੱਚ ਖੁਦ ਪਾਣੀ ਚਲਾਵਾਂਗੇ ਅਤੇ ਚੱਲ ਕੇ ਆ ਜਾਏਗੀ ਮੱਛੀ। ਅਤੇ ਇਸ ਸਾਈਡ 'ਤੇ ਜਿਹੜੀ ਮੱਛੀ ਬਚੀ ਰਹੀ ਹੈ ਨਾ ਚਾਲ, ਇਹਦਾ ਹੁਣ ਦਾਨਿਸ਼ ਭਾਈ ਹੋਰੀ ਨਵਾਂ ਦਿਮਾਗ ਲਾ ਰਹੇ ਆ ਅਤੇ ਦੇਖੋ ਕਿੰਨਾ ਸਕਸੈਸ ਹੁੰਦਾ, ਕੀ ਕਰਦੇ ਆ, ਮਿਹਨਤ ਕਰ ਰਹੇ ਹਾਂ ਅਤੇ ਇਨਸ਼ਾਅੱਲਾ ਅੱਛਾ ਫਲ ਲੱਭੇਗਾ। ਜਨਾਬ ਆਈਡੀਆ ਲਾਇਆ ਪਰ ਜ਼ਿਆਦਾ ਸਕਸੈਸ ਨਹੀਂ ਹੋ ਰਿਹਾ ਅਤੇ ਮੈਂ ਇਹਨਾਂ ਨੂੰ ਇਹੋ ਆਈਡੀਆ ਦਿੱਤਾ ਕਿ ਯਾਰ ਝੱਟ ਲਓ ਤਾਂ ਬਿਹਤਰ ਆ, ਪਰ ਇਹ ਕਹਿ ਰਿਹਾ ਕਿ ਨਹੀਂ ਨਾਲੀ ਦੇ ਥਰੋ ਚਾਲ ਚੜ੍ਹੇਗੀ ਅਤੇ ਪਿੱਛੋਂ ਨਾਲੀ ਬੰਦ ਕਰ ਦਾਂਗੇ, ਅੱਗੇ ਹੀ ਐਂ ਲਾਈ ਦੀ ਹੈ ਜਾਲੀ ਅਤੇ ਨਾਲ ਹੀ ਫੜ ਦਾਂਗੇ ਹਰ ਚੀਜ਼। ਇਹ ਜੀ ਸਾਡਾ ਅੱਜ ਦਾ ਸ਼ਿਕਾਰ ਅਤੇ ਤੁਸੀਂ ਦੇਖ ਸਕਦੇ ਕੋਈ ਕਿਲੋ ਕਰ ਹੈ ਅਤੇ ਅਲਹਮਦੁਲਿਲਾ ਅਸੀਂ ਅੱਗੇ ਦਾ ਬੰਨ ਤਿਆਰ ਕਰ ਲਿਆ, ਠੀਕ ਹੈ ਨਾ, ਤਾਂ ਕਿ ਮਜ਼ੀਦ ਅਸੀਂ ਸ਼ਿਕਾਰ ਕਰ ਸਕੀਏ।